ਸਭ ਤੋਂ ਪਹਿਲਾਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਤਮਾਮ ਅਜ਼ੀਜ਼ਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਮੈਂ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਜੀ। ਔਰ ਆਪ ਸਾਰਿਆਂ ਦਾ, ਇਸ ਨਗਰ ਦਾ, ਔਰ ਖਾਸ ਤੌਰ 'ਤੇ ਬਾਬਾ ਵਿਸ਼ਵਕਰਮਾ ਜੀ ਦੇ ਜੋ ਵੀ ਸੱਭਿਆਚਾਰਕ ਕਲੱਬ ਆਪ ਜੀ ਦਾ ਹੈ, ਉਹਦੇ ਹਰ ਇੱਕ ਮੈਂਬਰਸ ਦਾ, ਬਾਬਾ ਜੀ ਦਾ, ਚੇਅਰਮੈਨ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਇਸ ਗੁਰਦੁਆਰਾ ਨੂੰ ਇੰਨੇ ਸਾਲਾਂ ਬਾਅਦ ਆਪ ਜੀ ਨੇ ਇੱਕ ਫਿਰ ਮੌਕਾ ਦਿੱਤਾ ਹੈ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਔਰ ਇਸ ਜਗ੍ਹਾ 'ਤੇ ਆਪਣੀ ਗੱਲਬਾਤ ਆਪਣੇ ਨਜ਼ਰੀਏ ਨਾਲ ਆਪਣੇ ਜ਼ਿੰਦਗੀ ਦੇ ਪੱਖ ਔਰ ਗੁਰੂ ਸਾਹਿਬਾਨ ਨੂੰ ਯਾਦ ਕਰ ਸਕਾਂ। ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਕਈ ਪੱਖ ਆਪਣੇ ਗੀਤਾਂ ਰਾਹੀਂ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗੀ। ਸ਼ੁਰੂਆਤ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ 550ਵਾਂ ਗੁਰੂ ਨਾਨਕ ਪਾਤਸ਼ਾਹ ਦਾ ਆਪਾਂ ਸਾਰੇ ਮਨਾ ਰਹੇ ਹਾਂ ਗੁਰਪੁਰਬ। ਹਰ ਘਰ ਵਿੱਚ ਗੱਲ ਚੱਲ ਰਹੀ ਹੈ ਗੁਰੂ ਨਾਨਕ ਦੀ, ਉਹਨਾਂ ਦੀਆਂ ਸਿੱਖਿਆਵਾਂ ਦੀ। ਸੋ ਸ਼ੁਰੂਆਤ ਵਿੱਚ ਮੈਂ ਚਾਹੂੰਗੀ ਤੁਸੀਂ ਵੀ ਮੇਰੇ ਨਾਲ ਹੀ ਗਾਉਣਾ, ਕਿਉਂਕਿ ਇੱਕ ਹਾਜ਼ਰੀ ਭਰਨੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ। ਇੱਕ ਰਚਨਾ ਮੈਂ ਬਣਾਈ ਹੈ ਜੋ ਕੱਲ੍ਹ ਨੂੰ ਕੋਸ਼ਿਸ਼ ਕਰਾਂਗੀ ਜਾਂ ਪਰਸੋਂ ਔਨਲਾਈਨ ਫੇਸਬੁੱਕ ਪੇਜ 'ਤੇ ਤੁਸੀਂ ਸਾਰੇ ਦੇਖ ਸਕੋਗੇ। ਗੁਰੂ ਨਾਨਕ ਪਾਤਸ਼ਾਹ ਨਾਲ ਜੁੜੀ ਇੱਕ ਰਚਨਾ ਤੁਹਾਡੀ ਨਜ਼ਰ ਕੀਤੀ ਹੈ, ਉਸ ਨਾਲ ਸ਼ੁਰੂਆਤ ਕਰਦੀ ਹਾਂ ਆਪ ਜੀ ਨਜ਼ਰ। ਮੈਂ ਮੰਨਦੀ ਹਾਂ ਕਿ ਇੱਥੋਂ ਦੀ ਮਿੱਟੀ ਵਿੱਚ, ਹੁਣ ਮੈਂ ਆ ਰਹੀ ਸੀ ਜਦੋਂ ਆ ਸਰਸਾ ਦੇ ਨਾਲ ਨਾਲ ਗੱਡੀ ਭੱਜ ਰਹੀ ਸੀ, ਇੱਕ ਮਨ 'ਚ ਇਸ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਸੀ ਕਿ ਉਹ ਕੈਸੇ ਦਿਨ ਹੋਣਗੇ ਜਦੋਂ ਪਰਿਵਾਰ ਵਿੱਚ ਛੋੜਾ ਹੋਇਆ। ਸਿੱਖ ਕੌਮ ਮਰਜੀ ਬੜੇ ਯੋਧਿਆਂ, ਮੰਗ ਦੇ
ਕੁਝ ਲਾਈਨਾਂ ਯਾਦ ਆਈਆਂ ਨੇ ਖਾਸ ਤੌਰ ਤੇ ਸਿੱਖੀ ਲਈ। ਅੱਜ ਦੀ ਸਿੱਖੀ ਤੇ ਦੋ ਲਾਈਨਾਂ ਕੀ ਕਹਿ ਰਹੀ ਅੱਜ ਦੀ ਸਿੱਖੀ। ਮੇਰੀ ਆਣ ਜਹਾਨ ਤੋਂ ਵੱਖਰੀ ਹੈ, ਮੈਂ ਜਨਮ ਖੰਡੇ ਤਾਰੋ ਤਾਰਿਆ, ਜਿਸ ਕਿਸੇ ਵੀ ਮੇਰੀ ਹੈ ਪਗਲਾ, ਜਦੋਂ ਮਾਰਿਆ ਆਪਣੇ ਆਈ ਮਾਰਿਆ। ਕਰਾਰ ਦਾਸ ਪਿਤਾ ਦਸ਼ਮੇਸ਼ ਅੱਗੇ, ਕਰਾਰ ਦਾਸ ਪਿਤਾ ਦਸ਼ਮੇਸ਼ ਅੱਗੇ, ਮੇਰੇ ਕਿਸੇ ਵਿੱਚ ਪੰਥ ਦਾ ਪਿਆਰ ਲਿਖਦੇ, ਲਿਖਦੇ ਮੇਰੀ ਕਿਰਪਾ ਨਿਤ ਜ਼ਫਰਨਾਮਾ, ਮੇਰੀ ਢਾਲ ਤੇ ਆਸਾ ਦੀ ਵਾਰ ਲਿਖਦੇ, ਦਾ ਕੌਮ ਦੇ ਨਾਮ ਇੱਕ ਹੋਰ ਅਜੀਤ ਤੇ ਜੁਝਾਰ ਲਿਖਦੇ। ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ, ਆਪ ਸਾਰਿਆਂ ਦੇ ਚਰਨਾਂ 'ਚ ਮੇਰੀ ਬੇਨਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਪਾਂ ਇਕੱਠੇ ਗਾਉਣਾ, ਉਸ ਤੋਂ ਬਾਅਦ ਗੀਤ ਤਾਂ ਬਹੁਤ ਗਾਉਣੇ ਨੇ ਪਰ ਇਹ ਤੁਸੀਂ ਮੇਰੇ ਨਾਲ ਸਾਥ ਦੇਣਾ ਹੈ। ਆਪ ਜੀ ਨਜ਼ਰ ਸਾਡੇ 500 ਸਾਲਾਂ ਤੇ ਨਾਨਕ ਦੇ ਗੁਣ ਗਾਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ। ਰਲ ਮਿਲ ਨਾਨਕ ਨਾਮ ਧਿਆਈਏ, ਸਾਡੇ 500 ਸਾਲਾਂ ਤੇ ਰਲ ਮਿਲ ਨਾਨਕ ਨਾਮ ਧਿਆਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ, ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ।
ਇੱਜ਼ਤ ਕੁਰਲਾਈ
ਛਾਇਆ ਕਿੰਨੇ ਮੱਝਾਂ ਚਾਰਦਿਆਂ ਕੀਤੀ ਆਉਣ ਘਰ ਆਪਣੇ ਛਾਇਆ ਘੁੰਮੀਏ ਚੋਰ ਨੂੰ ਸਾਧ ਬਣਾਇਆ ਸੱਜਣ ਠੱਗ ਤਾਰਿਆ ਸੀ ਘੁੰਮੀਏ ਚੋਰ ਨੂੰ ਸਾਧ ਬਣਾਇਆ ਕੋਈ ਬਲੀ ਕੰਧਾਰੀ ਤੇ ਸਾਡਾ ਰਾਕਸ਼ ਰਸਤੇ ਪਾਇਆ ਛੱਡ ਭਾਗੋਂ ਵਰਗੀਆਂ ਨੂੰ ਛੱਡ ਭਾਗੋਂ ਵਰਗੀਆਂ ਨੂੰ ਲਾਲ ਵਰਗਾ ਰਾਹ ਬਣਾਈਏ ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ ਗੁਰਬਾਣੀ ਬਾਬੇ ਦੀ ਹੁੰਦੀ ਹਰ ਥਾਂ ਆਣ ਸਹਾਈ ਗੁਰਬਾਣੀ ਬਾਬੇ ਦੀ ਹੁੰਦੀ ਹਰ ਥਾਂ ਆਣ ਸਹਾਈ ਗੱਲ ਬਲੀ ਮਿਲਾਗੇ ਨੇ ਸਾਡੀ ਇੱਕ ਸੁਣਾਈ ਸੇਵਾ ਸੰਗਤ ਦੀ ਪਰ ਸੇਵਾ ਸੰਗਤ ਦੀ ਆਪਣਾ ਜੀਵਨ ਸਫਲ ਬਣਾਈਏ ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ ਸਾਡੇ 500 ਸਾਲਾਂ ਤੇ ਬਾਬੇ ਨਾਨਕ ਦੇ ਗੁਣ ਗਾਈਏ Oh, 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 oh
ਟਬਰਾਂ ਨੇ ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ ਸੱਜਣਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ ਸੱਜਣਾਂ ਦਾ ਮੁੱਲ ਪੈ ਗਿਆ ਸਾਰੀ ਦੁਨੀਆ ਨੇ ਸੀਸ ਨਿਵਾਇਆ ਸਾਡੀ ਮੁਲਾਕਾਤ ਹੋਈ ਸੀ ਇੱਕ ਸੰਤਾਂ ਦਾ ਉਹਨਾਂ ਨੇ ਜਾਣਾ ਸੀਗਾ ਕੀਰਤਪੁਰ ਸਾਹਿਬ ਇੱਥੇ ਮੈਂ ਵੀ ਦਰਸ਼ਨ ਕਰਨ ਆਈ ਸੀ ਅਤੇ ਵੀਰ ਜੀ ਨਾਲ ਮੁਲਾਕਾਤ ਹੋਈ ਇਹਨਾਂ ਨੇ ਯਾਦ ਕਰਾਇਆ ਕਹਿੰਦੇ ਭੈਣ ਜੀ ਤੁਸੀਂ ਕਿੰਨੇ ਸਾਲ ਹੋ ਗਏ ਜੀ ਹੈ ਜੀ ਨਹੀਂ ਨਹੀਂ ਤੁਸੀਂ ਘੱਟ ਕਹਿ ਰਹੇ ਹੋ ਜ਼ਿਆਦਾ ਹੋ ਗਏ ਇਹ ਮੈਨੂੰ ਲੱਗਦਾ 2002 'ਚ ਸ਼ਾਇਦ ਮੈਂ ਕਿਉਂਕਿ ਮੇਰਾ ਐਕਸੀਡੈਂਟ ਇੱਕ ਮਿੰਟ ਵੀਰੇ ਇੱਕ ਬੜੀ ਵੱਡੀ ਦੁਰਘਟਨਾ ਹੋਈ ਸੀ ਜ਼ਿੰਦਗੀ ਵਿੱਚ ਉਹ ਮੈਨੂੰ ਤਾਂ ਯਾਦ ਆਈ ਇੱਥੇ ਆਉਂਦੇ ਆਉਂਦੇ ਰਾਹ 'ਚ ਮੇਰੀ ਮਾਸੀ ਰਹਿੰਦੀ ਹੈ ਅਤੇ ਮੈਂ ਕਿਹਾ ਵੀ ਹਾਲੇ ਟਾਈਮ ਮੇਰੇ ਚੇਅਰਮੈਨ ਸਾਹਿਬ ਕਹਿੰਦੇ ਭੈਣ ਜੀ ਲੇਟ ਹੋ ਜਾਣਾ ਮੈਂ ਕਿਹਾ ਮਾਸੀ ਕੋਲ ਚਾਹ ਪੀ ਚੱਲਦੀਆਂ ਉੱਦਾਂ ਤਾਂ ਆਇਆ ਨਹੀਂ ਜਾਂਦਾ ਬੇਨਤੀ ਕੀਤੀ ਜਦੋਂ ਗਈ ਉੱਥੇ ਇੱਕ ਮੇਰੀ ਉਹਨਾਂ ਨੇ ਫੋਟੋ ਬਣਾ ਕੇ ਲਾਈ ਹੋਈ ਸੀ ਜਿਹਦੇ 'ਚ ਮੇਰੇ ਛੋਟੇ ਛੋਟੇ ਵਾਲ ਹੈ ਕਿਉਂਕਿ ਐਕਸੀਡੈਂਟ ਤੋਂ ਬਾਅਦ ਵਾਲ ਛੋਟੇ ਸੀ ਉਹ ਸਾਰਾ ਸ਼ੇਵ ਕੀਤਾ ਹੋਇਆ ਸੀ ਸਿਰ ਅਤੇ ਮੈਨੂੰ ਪਤਾ ਲੱਗਿਆ ਉਦੋਂ ਵੀ ਮੈਂ ਇਸੇ ਹੀ ਜਗ੍ਹਾ 'ਤੇ ਹਾਜ਼ਰੀ ਲਵਾਈ ਸੀ ਘੱਟੋ ਘੱਟ ਮੈਨੂੰ ਲੱਗਦਾ 16-17 ਸਾਲ ਪੁਰਾਣੀ ਗੱਲ ਹੈ ਅਤੇ ਤੁਹਾਡਾ ਧੰਨਵਾਦ ਹੈ ਕਿ ਤੁਹਾਡੀਆਂ ਦੁਆਵਾਂ ਨਾਲ ਅੱਜ ਮੈਂ 16 ਸਾਲ ਬਾਅਦ ਫਿਰ ਤੁਹਾਡੇ ਦਰਸ਼ਨ ਕਰ ਰਹੀ ਹਾਂ ਬਹੁਤ ਬਹੁਤ ਧੰਨਵਾਦ ਇਹੋ ਦੀ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਮੈਂ ਤਾਂ ਆਪਣਾ ਤਜਰਬੇ ਤੁਹਾਨੂੰ ਦੱਸ ਸਕਦੀ ਹਾਂ ਜ਼ਿੰਦਗੀ ਦੇ ਕਿ ਜਦੋਂ ਆਪਾਂ ਉਹਦਾ ਨਾਮ ਲੈ ਕੇ ਚੱਲਦੇ ਹਾਂ ਆਨੰਦ ਹੀ ਇੰਨਾ ਉਹਦਾ ਸਰੂਰ ਹੀ ਇੰਨਾ ਕਿ ਇਨਸਾਨ ਨੂੰ ਪਤਾ ਹੀ ਨਹੀਂ
ਲੱਗਦਾ ਸਾਲਾਂ ਦੇ ਸਾਲ ਕਦੋਂ ਲੰਘੇ। ਪਰ ਜਦੋਂ ਹੰਕਾਰ, ਆ ਜਿਹੜੀ ਆਪਾਂ ਕਵਿਤਾ ਪੜ੍ਹ ਰਹੇ ਹਾਂ, ਵਲੀ ਕੰਧਾਰੀ ਜੀ ਨੂੰ ਹੰਕਾਰ ਹੋ ਗਿਆ ਸੀ, ਕਹਿੰਦਾ ਮੇਰੇ ਜਿੱਡਾ ਭਗਤ ਕੌਣ ਹੈ। ਤੇ ਮਰਦਾਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਉਸੇ ਪਹਾੜੀ ਥੱਲੇ ਆ ਗਏ ਸੀ ਜਿੱਥੇ ਵਲੀ ਕੰਧਾਰੀ ਜੀ ਭਗਤੀ ਕਰਦੇ ਸੀ। ਛੋਟੀ ਜੀ ਗੱਲ ਹੈ, ਸੁਣਾਉਣੀ ਜ਼ਰੂਰੀ, ਮੈਂ ਸਮਝੀ ਹੈ, ਤੁਸੀਂ ਜ਼ਰਾ ਧਿਆਨ ਦੇਣਾ। ਤੇ ਮਰਦਾਨਾ ਜੀ ਕਹਿੰਦੇ ਗੁਰੂ ਜੀ ਨੂੰ ਵੀ, ਬਾਬਾ ਮਰਦਾਨਾ ਜੀ ਨੂੰ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਮਰਦਾਨਾ ਜੀ ਰਬਾਬ ਛੇੜੋ, ਭਗਤੀ ਸ਼ੁਰੂ ਕਰੀਏ, ਕੀਰਤਨ ਸ਼ੁਰੂ ਕਰੀਏ। ਤਾਂ ਮਰਦਾਨਾ ਜਿਹੜਾ ਵਿਚਾਰੇ ਇੰਨੇ ਦਿਨਾਂ ਤੋਂ ਭੁੱਖੇ ਪਿਆਸੇ, ਉਹ ਕਹਿੰਦੇ ਮੇਰੇ ਤੋਂ ਨਹੀਂ ਭਗਤੀ ਹੁੰਦੀ, ਪਹਿਲਾਂ ਤਾਂ ਪਾਣੀ ਦਾ ਇੰਤਜ਼ਾਮ ਕਰੋ। ਥੈਂਕ ਯੂ। ਉਹ ਕਹਿੰਦੇ ਭਾਈ ਜੰਗਲਾਂ 'ਚ ਆਪਾਂ ਬੈਠੇ ਹਾਂ, ਇੱਥੇ ਪਾਣੀ ਕਿੱਥੇ? ਇੱਕੋ ਹੀ ਖੂਹ ਹੈ ਵਲੀ ਕੰਧਾਰੀ ਦਾ, ਜੇ ਪਾਣੀ ਪੀਣਾ ਹੈ ਤਾਂ ਤੁਸੀਂ ਚਲੇ ਜਾਓ। ਤਾਂ ਸਾਧ ਜੀ ਇਤਿਹਾਸ ਦੱਸਦਾ ਵੀ ਤਿੰਨ ਵਾਰ ਮਰਦਾਨਾ ਜੀ ਉਹ ਪਹਾੜੀ 'ਤੇ ਚੜ੍ਹੇ ਸੀ, ਤਿੰਨ ਵਾਰ। ਜਦੋਂ ਤੀਜੀ ਵਾਰ ਗਏ, ਵਲੀ ਕੰਧਾਰੀ ਨੂੰ ਗੁੱਸਾ ਆ ਗਿਆ, ਕਹਿੰਦੇ ਕੌਣ ਹੈ ਤੂੰ, ਮੇਰੀ ਭਗਤੀ ਭੰਗ ਕਰ ਰਿਹਾ, ਭਾਜਾ ਇੱਥੋਂ ਚੱਕ ਕੇ ਸਟੇਜ ਤੋਂ ਥੱਲੇ ਸੁੱਟ ਦੇਣਾ, ਇੰਨਾ ਗੁੱਸਾ ਆ। ਮਰਦਾਨਾ ਜੀ ਵਾਪਸ ਆ ਗਏ, ਕਹਿੰਦੇ ਵੀ ਉਹ ਤਾਂ ਗਾਲਾਂ ਕੱਢਦਾ ਕਹਿੰਦੇ ਵਲੀ ਕੰਧਾਰੀ, ਬਾਬਾ ਜੀ ਮੈਂ ਨਹੀਂ ਵਾਪਸ ਜਾਣਾ। ਬਾਬਾ ਜੀ ਕਹਿੰਦੇ ਫਿਰ ਜਾਓ। ਜਦੋਂ ਫਿਰ ਗਏ, ਵਲੀ ਕੰਧਾਰੀ ਨੇ ਗੱਲ ਕੀਤੀ ਮਰਦਾਨਾ ਜੀ ਨਾਲ, ਕਹਿੰਦੇ ਅੱਛਾ ਐਂ ਦੱਸ ਤੂੰ ਚੇਲਾ ਕਿਹਦਾ, ਗੌਰ ਨਾਲ ਸੁਣਿਓ। ਉਹ ਕਹਿੰਦੇ ਐਂ ਦੱਸ, ਵਲੀ ਕੰਧਾਰੀ ਜੀ ਕਹਿੰਦੇ ਮਰਦਾਨਾ ਜੀ ਨੂੰ ਵੀ ਭਾਈ ਤੂੰ ਕਿਹਦਾ ਚੇਲਾ ਹੈ? ਕਹਿੰਦਾ ਜੀ ਮੈਂ ਗੁਰੂ ਨਾਨਕ ਦਾ ਚੇਲਾ। ਕਹਿੰਦੇ ਐਡੇ ਗੁਰੂ ਦਾ ਚੇਲਾ, ਤੈਨੂੰ ਪਾਣੀ ਨਹੀਂ ਪਿਆ ਸਕਦੇ? ਇੱਥੇ ਧੱਕੇ ਖਾਂਦਾ ਫਿਰਦਾ, ਮੇਰੇ ਕੋਲ ਪਾਣੀ ਪੀਣ ਆ ਗਿਆ। ਜੇ ਪਾਣੀ ਪੀਣਾ ਆਪਣੇ ਗੁਰੂ ਨੂੰ ਛੱਡ ਕੇ ਮੇਰੇ ਕੋਲ ਆ ਜਾ। ਇਹ ਮਰਦਾਨਾ ਜੀ ਵਾਪਸ ਆਏ ਔਰ ਆਪਣੇ ਗੁਰੂ ਨਾਨਕ ਦੇ ਚਰਨਾਂ 'ਚ ਗਿਰੇ ਕਿ ਮੈਂ ਇਹ ਜੀ ਜਿੱਥੇ ਗੁਰੂ ਦੀ ਨਿੰਦਿਆ ਹੋਵੇ ਉੱਥੇ ਤਾਂ ਮੈਨੂੰ ਮਰਨਾ ਚੰਗਾ, ਮੈਂ ਤੁਹਾਡੇ ਚਰਨਾਂ 'ਚ ਮਰ ਜੂੰਗਾ, ਪਰ ਮੈਂ ਉਹ ਬੰਦੇ ਕੋਲੇ। ਸੋ ਉੱਥੇ ਸੋਮਾ ਫੁੱਟਿਆ, ਉੱਪਰੋਂ ਪਹਾੜ ਗਿਰਿਆ, ਆਪਾਂ ਸਾਰੇ ਜਾਣਦੇ ਹਾਂ ਪੰਜਾ ਸਾਹਿਬ ਉੱਥੇ ਬਣਿਆ ਔਰ ਵਲੀ ਕੰਧਾਰੀ ਜੀ ਚਰਨਾਂ 'ਚ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਮੱਥਾ ਟੇਕਿਆ। ਜਦੋਂ ਅੱਖ ਨਾਲ ਅੱਖ ਰਲੀ ਗੁਰੂ ਨਾਨਕ ਨਾਲ ਵਲੀ ਕੰਧਾਰੀ ਜੀ ਦੀ, ਰੱਬ ਮਿਲ ਗਿਆ, ਜਿਹੜੀ ਭਗਤੀ ਸੀ ਪੂਰੀ ਹੋ ਗਈ ਔਰ ਮਸਤ ਹੋ ਕੇ ਕੀ ਗਾਇਆ ਵਲੀ ਕੰਧਾਰੀ ਜੀ ਨੇ, ਕਹਿੰਦੇ ਅਲੀ ਦਾ ਮਲੰਗ ਮੈਂ ਤਾਂ ਅਲੀ ਦਾ, ਅਲੀ ਦਾ ਮਲੰਗ ਮੈਂ ਤਾਂ ਅਲੀ ਦਾ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਤਾੜੀਆਂ ਨਾਲ ਉਹਨਾਂ ਦਾ, ਔਰ ਜਿਨ੍ਹਾਂ ਨੇ ਤਾੜੀਆਂ ਨਾਲ ਹੌਸਲਾ ਅਫਜ਼ਾਈ ਨਹੀਂ ਕੀਤੀ ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਕਲਾਕਾਰ ਦਾ ਫਰਜ਼ ਹੁੰਦਾ ਹੈ ਅਸੀਂ ਸ਼ੁਕਰੀਆ ਸਾਰਿਆਂ ਦਾ ਅਦਾ ਕਰਨਾ ਹੈ। ਮੂਡ ਹੁੰਦਾ ਹਰ ਇਨਸਾਨ ਦਾ,
ਕਿਉਂਕਿ ਐਜ਼ ਏ ਕਲਾਕਾਰ ਹੁਣ ਮੇਰਾ ਵਾਹ ਬਹੁਤ ਪਿਆ ਲੋਕਾਂ ਨਾਲ। ਮੈਂ ਦੇਖਦੀ ਹੁੰਦੀ ਹਾਂ ਕਈ ਬੰਦੇ ਜਿੰਨੀ ਮਰਜ਼ੀ ਗੱਲ ਕਰ ਲਓ ਉਦਾਸ ਬੈਠੇ ਰਹਿੰਦੇ ਆ, ਕਈ ਲੋਕ ਕਈ ਚੁੱਪ ਚਾਪ, ਕਈ ਤਾਂ ਗੁੱਸੇ 'ਚ ਵੀ ਬੈਠੇ ਹੁੰਦੇ, ਕਿਉਂਕਿ ਜ਼ਿੰਦਗੀ ਆਪਣੇ ਆਪ 'ਚ ਸਾਡੇ ਹੱਥ 'ਚ ਨਹੀਂ ਹੁੰਦੀ। ਪਰ ਮੈਂ ਜ਼ਰੂਰ ਯਾਦ ਕਰਾਉਣਾ ਕਿ ਜਦੋਂ ਵੀ ਜ਼ਿੰਦਗੀ 'ਚ ਕੋਈ ਵੀ ਮੌਕਾ ਮਿਲੇ ਉਹਨੂੰ ਰੱਜ ਕੇ ਮਾਨਣਾ ਚਾਹੀਦਾ, ਕਿਉਂਕਿ ਕਿਸੇ ਕੀ ਯਾਦ ਕੋ ਲੈ ਕੇ ਜੀਨੇ ਮੇਂ ਕਿਆ ਰੱਖਾ ਹੈ, ਕਿਸੇ ਕੀ ਯਾਦ ਕੋ ਲੈ ਕੇ ਜੀਨੇ ਮੇਂ ਕਿਆ ਰੱਖਾ ਹੈ, ਕਿਸੇ ਕੋ ਦਰਦੇ ਦਿਲ ਸੁਣਾਨੇ ਮੇਂ ਵੀ ਕਿਆ ਰੱਖਾ ਹੈ। ਆਦਤ ਸੀ ਬਣ ਜਾਤੀ ਹੈ ਉਦਾਸ ਰਹਿਣੇ ਕੀ, ਵੈਸੇ ਉਦਾਸ ਰਹਿਣੇ ਮੇਂ ਵੀ ਕਿਆ ਰੱਖਾ ਹੈ। ਆਹ ਜ਼ਿੰਦਗੀ ਮਾਰ ਲੈਣੀ ਚਾਹੀਦੀ ਹੈ, ਜ਼ੋਰਦਾਰ ਤਾੜੀ ਹੋ ਜਾਏ ਇੱਕ ਵਾਰ, ਦੁਬਾਰਾ ਨਹੀਂ ਮੈਂ ਕਹਿਣਾ ਬਾਰ ਬਾਰ। ਹੁਣ ਪਤਾ ਲੱਗਿਆ ਵੀ ਮੁਹੱਬਤ ਕਰਨ ਵਾਲੇ ਲੋਕ ਬੈਠੇ ਹੈ, ਬਹੁਤ ਬਹੁਤ ਧੰਨਵਾਦ। ਕਈ ਲੋਕ ਜਿਹੜੇ ਹੱਸਦੇ ਨਹੀਂ ਨਾ, ਮੈਨੂੰ ਗੁੱਸਾ ਬੜਾ ਆਉਂਦਾ, ਮੈਂ ਕਹਿੰਦੀ ਜੀ ਕਰਦਾ ਇੱਥੇ ਮੁਕੱਦਮਾ ਕੀਤਾ ਜਾਵੇ ਵੀ ਇਹ ਬੰਦਾ ਜ਼ਿੰਦਗੀ ਜਿਉਂਦਾ ਕਿਉਂ ਨਹੀਂ। ਕਈ ਮੇਰੇ ਪਿਆਰੇ ਪਿਆਰੇ ਕਲਾਕਾਰ ਪੰਮਾ ਜੀ ਬੈਠੇ ਹੈ ਸਾਹਮਣੇ, ਸੋ ਮੈਂ ਸਾਰਿਆਂ ਨੂੰ ਜੀ ਆਇਆਂ ਵੀ ਕਹਿਣਾ ਔਰ ਮਾਫ਼ੀ ਵੀ ਚਾਹੁੰਦੀ ਹਾਂ ਵੀ ਮੈਨੂੰ ਨਵੇਂ ਆਰਟਿਸਟਾਂ ਦਾ ਜ਼ਿਆਦਾ ਪਤਾ ਨਹੀਂ ਹੈ ਜੀ, ਪਰ ਮੈਂ ਹੱਥ ਜੋੜ ਕੇ ਤੁਹਾਡਾ ਵੈਲਕਮ, ਔਰ ਤੁਸੀਂ ਤਰੱਕੀ ਕਰੋ, ਇਹ ਲੰਬਾ ਰਸਤਾ ਮੈਂ ਪਹਿਲਾਂ ਹੀ ਦੱਸਿਆ, ਬੜੇ ਸਾਲ ਲੱਗ ਜਾਂਦੇ ਆ, ਤੁਸੀਂ ਚੱਲੀ ਚੱਲੋ, ਸੋ ਬਹੁਤ ਤੁਹਾਨੂੰ ਤਰੱਕੀਆਂ ਦੇਣ ਪਰਮਾਤਮਾ। ਲਓ ਜੀ ਆਪ ਜੀ ਨਜ਼ਰ ਸੋਹਣੀ ਮਹੀਵਾਲ ਦਾ ਕਿੱਸਾ, ਗੱਲ ਮੁਹੱਬਤ ਦੀ ਕਰਨ ਲੱਗੀ ਹਾਂ, ਕਿਉਂਕਿ ਇਸ਼ਕ ਇਬਾਦਤ ਹੈ। ਇੱਕ ਹੋਰ ਮੈਂ ਗੱਲ ਪੜ੍ਹੀ, ਪੁੱਛੇ ਜੇ ਕਿ ਜ਼ਿੰਦਗੀ 'ਚ ਇਸ਼ਕ ਸਾਰਿਆਂ ਨੂੰ ਕਰਨਾ ਚਾਹੀਦਾ, ਇਹਦੇ ਨਾਲ ਇਨਸਾਨ ਨਾ ਬੜਾ ਵਧੀਆ ਇਨਸਾਨ ਬਣ ਜਾਂਦਾ, ਉਹਦੇ ਸਾਰੇ ਜਿਵੇਂ ਪ੍ਰੈਸ ਬਲ ਕੱਢ ਦਿੰਦੀ ਹੈ ਸਾਰੇ ਬਲ ਨਿਕਲ ਜਾਂਦੇ ਆ ਜਿਹੜਾ ਜ਼ਿੰਦਗੀ 'ਚ ਇਸ਼ਕ ਕਰਦਾ। ਪਰ ਇਹਦੀ ਵੀ ਇੱਕ ਟਾਈਮ ਹੁੰਦਾ, ਮੇਰੇ ਖਿਆਲ 'ਚ 30 ਸਾਲ ਤੱਕ ਜਿਹਨੂੰ ਪਿਆਰ ਨਹੀਂ ਹੋਇਆ ਤਾਂ ਸਮਝੋ ਉਹਨੇ ਜ਼ਿੰਦਗੀ 'ਚ ਕੁਝ ਨਹੀਂ ਕੀਤਾ। 3-0, 3-0, 30 ਸਾਲ ਦੀ ਉਮਰ ਤੱਕ ਪਿਆਰ ਹੋਣਾ ਬੜਾ ਜ਼ਰੂਰੀ, ਪਰ 30 ਤੋਂ ਬਾਅਦ ਜਿਹੜਾ ਇਹਦੇ ਚੱਕਰ 'ਚ ਪੈਂਦਾ ਫਿਰ ਮੈਨੂੰ ਲੱਗਦਾ ਉਹਦਾ ਦਿਮਾਗ ਨਹੀਂ ਹੈਗਾ, ਕਿਉਂਕਿ ਹਰ ਚੀਜ਼ ਜ਼ਿੰਦਗੀ 'ਚ ਟਾਈਮ ਨਾਲ ਹੀ ਅੱਛੀ ਲੱਗਦੀ ਹੈ। ਸੋ ਗੱਲ ਇਸ਼ਕ ਨਾਲ ਸੰਬੰਧਿਤ, ਸੋਹਣੀ ਮਹੀਵਾਲ ਦਾ ਕਿੱਸਾ ਬੜਾ ਖੂਬਸੂਰਤ ਮੈਨੂੰ ਲੱਗਦਾ ਹੈ। ਇੱਕ ਗੀਤ ਅਸੀਂ ਗਾਇਆ ਸੀ, ਉਹੀ ਤੁਹਾਡੀ ਨਜ਼ਰ ਕਰੂੰਗੀ, ਜਰਾ ਗੌਰ ਕਰਿਓ ਆਪਦੀ ਨਜ਼ਰ।
ਮੋਤੀ ਬਾਦ ਵਿੱਚ ਗਲੇ ਦਾ ਹਾਰ ਬਣਦੇ, ਮੋਤੀ ਬਾਦ ਵਿੱਚ ਗਲੇ ਦਾ ਹਾਰ ਬਣਦੇ, ਛੇਕ ਆਪਣੇ ਸੀਨੇ ਕਰਨ ਪਹਿਲਾਂ ਸਦਾ ਉਹਨਾਂ ਘੜੇ ਦੀ ਨਦੀਆਂ ਜੋ ਤਰਨ ਪਹਿਲਾਂ
ਉਸ ਦਿਨ ਦਾ ਫਿਰ ਕੋਈ ਨੀ ਬੇਲੀ ਜਦੋਂ ਨਿਕਲੂ ਜਾਣੇ ਅਕੇਲੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਲਓ ਜੀ ਮੇਰੇ ਪਿੰਡ ਦਾ ਸ਼ਕੀਨ ਗੱਭਰੂ ਗੀਤ ਤੁਹਾਡੀ ਨਜ਼ਰ ਨੇ ਹੋਣੇ ਚਾਹੀਦੇ ਨੇ ਉਹ ਸਾਡਾ ਗੀਤ ਹੈ ਸਾਡੇ ਅਸਲ ਜੇ ਪੰਜਾਬੀ ਜਿਹੜੇ ਸ਼ਕੀਨ ਗੱਭਰੂ ਨੇ ਔਰ ਮੈਂ ਅਰਦਾਸ ਕਰਦੀ ਹਾਂ ਕਿ ਇਹੋ ਜਿਹੇ ਗੱਭਰੂ ਜਵਾਨ ਸਾਡੇ ਪਿੰਡਾਂ 'ਚ ਹੋਣ ਸ਼ਕੀਨੀ ਲੱਕ ਰੱਖਦਾ ਪਿੰਡ ਦੀ ਕੁੜੀ
ਹੋ ਜਾਣ ਜੀ। ਔਰ ਜਦੋਂ ਹੌਸਲਾ ਮਿਲ ਜਾਂਦਾ ਨਾ, ਮੈਂ ਅਕਸਰ ਕਹਿੰਦੀ ਹੁੰਦੀ ਹਾਂ, ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ ਹੈ, ਇੰਸਟਾਗ੍ਰਾਮ ਦਾ ਹੈ, ਕਿ ਸਾਰਿਆਂ ਨੂੰ ਮੇਰੀ ਬੇਨਤੀ ਇਹੀ ਹੁੰਦੀ ਆ ਵੀ ਭਾਈ ਹੌਸਲਾ ਦਿਆ ਕਰੋ, ਐਪਰੀਸ਼ੀਏਟ ਕਰਿਆ ਕਰੋ। ਆ ਤਾੜੀਆਂ ਵੀ ਇੱਕ ਹੀ ਹਿੱਸਾ ਨੇ ਕਿ ਤੁਸੀਂ ਜਦੋਂ ਹੌਸਲਾ ਦਿੰਦੇ ਹੋ ਤਾਂ ਹਰ ਇਨਸਾਨ ਦੀ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ ਔਰ ਇਨਸਾਨ ਦੁੱਗਣਾ ਕੰਮ ਕਰਦਾ। ਬਹੁਤ ਬਹੁਤ ਧੰਨਵਾਦ। ਇੱਕ ਫਰਮਾਇਸ਼ ਆਈ ਸੀ ਮੇਰੇ ਕੋਲ ਪਹਿਲਾਂ ਵੀ, ਪਿੱਛੇ ਜੀ ਮੈਂ ਗੀਤ ਗਾਇਆ ਸੀ, ਲੈ ਜਾ ਮੈਨੂੰ ਪਿੰਡ ਵਾਲਿਆ। ਹਾਂਜੀ, ਕੋਈ ਨਹੀਂ, ਉਹ ਫਰਮਾਇਸ਼ ਦੱਸ ਰਹੇ ਨੇ, ਪੁੱਛ ਲਓ ਪੁੱਛ ਲਓ। ਬੋਲੀਆਂ ਉਹ ਪਿਆਰ ਨਾ ਵੀਰ ਜੀ, ਕੋਈ ਗੱਲ ਨਹੀਂ, ਬੋਲੀਆਂ ਜੀ ਬੋਲੀਆਂ ਦੱਸੋ ਦੱਸੋ, ਆਰਾਮ ਨਾਲ ਲਿਖ ਕੇ ਦੱਸ ਦਿਓ ਕਿਉਂਕਿ ਸਟੇਜ ਉੱਚੀ ਹੁੰਦੀ ਹੈ। ਸਾਨੂੰ ਵੀਰ ਜੀ ਥੱਲੇ ਜਾ ਕੇ ਪੁੱਛ ਲਓ ਕੀ ਕਹਿਣਾ ਚਾਹੁੰਦੇ। ਹਾਂਜੀ
ਠੀਕ ਹੈ ਜੀ। ਉਹ ਕਹਿੰਦੇ ਧਾਰਮਿਕ ਗੀਤ ਹੋਰ ਸੁਣਨਾ ਚਾਹੁੰਦੇ ਹੈ ਤਾਂ ਉਹ ਵੀ ਮੈਂ ਜ਼ਰੂਰ ਸੁਣਾ ਦੂੰਗੀ ਜੀ, ਜਿਵੇਂ ਤੁਹਾਡਾ ਹੁਕਮ ਹੋਏਗਾ। ਧਾਰਮਿਕ ਗੀਤ ਕਹਿ ਰਹੇ ਨੇ ਜਿਵੇਂ ਆਪਾਂ ਸ਼ੁਰੂਆਤ ਧਾਰਮਿਕ ਨਾਲ ਕੀਤੀ ਹੈ ਇਸ ਪ੍ਰੋਗਰਾਮ ਦੇ, ਦੱਸੀ ਕਲਗੀ ਵਾਲਿਆਂ ਵੇ ਤੁਹਾਡੀ ਫਰਮਾਇਸ਼ ਹੈ। ਸੋ ਇਹ ਕੋਈ ਗੱਲ ਨਹੀਂ, ਗੁੱਸਾ ਨਾ ਕਰੋ, ਸਿਰਫ ਉਹ ਕਹਿਣ ਆਏ ਸੀ ਆਪ ਜੀ ਨਜ਼ਰ। ਹਾਂਜੀ ਹਾਂ ਬਿਲਕੁਲ ਗਾਵਾਂਗੇ ਵੀਰ ਜੀ, ਫਿਕਰ ਨਾ ਕਰੋ, ਤੁਹਾਡੇ ਲਈ ਆਇਆ। ਦੇਖੋ ਸਾਰੀਆਂ ਫਰਮਾਇਸ਼ਾਂ ਨੇ, ਸਾਰਿਆਂ ਦਾ ਮੇਰਾ ਫਰਜ਼ ਹੈ ਤੁਹਾਡੀਆਂ ਸਾਰੇ ਗੀਤ ਲੈ ਜਾ ਮੈਨੂੰ ਪਿੰਡ ਵਾਲਿਆ, ਦੱਸੀ ਕਲਗੀ ਵਾਲਿਆ ਦੇ। ਮੈਂ ਤਾਂ ਇੱਥੇ ਹੀ ਹਾਂ, ਜਿੰਨੇ ਮਰਜ਼ੀ ਗੀਤ ਸੁਣੀ ਜਾਓ, ਤੁਹਾਡੀ ਹਿੰਮਤ ਦਾ ਤੁਸੀਂ ਕਿੰਨੀ ਦੇਰ ਬਹਿਣਾ। ਠੀਕ ਹੈ ਜੀ, ਲਓ ਜੀ ਆਪ ਦੀ ਨਜ਼ਰ ਆ ਸਾਡੇ ਯੂਥ ਦੀ ਫਰਮਾਇਸ਼ ਹੀ ਲੈ ਜਾ ਮੈਨੂੰ, ਕਿਉਂਕਿ ਪਿੰਡਾਂ 'ਚ ਘੱਟ ਕੁੜੀਆਂ ਚਾਹੁੰਦੀਆਂ ਕਿ ਮੈਂ ਵਿਆਹ ਕੇ ਜਾਵਾਂ। ਫਿਰ ਅਸੀਂ ਇੱਕ ਗੀਤ ਬਣਾਇਆ ਸੀ ਕਿ ਲੈ ਜਾ ਮੈਨੂੰ ਪਿੰਡ ਵਾਲਿਆ, ਕਿਉਂਕਿ ਜੋ ਮਾਹੌਲ, ਜੋ ਮੁਹੱਬਤ, ਜੋ ਪਿਆਰ, ਜੋ ਸ਼ੁੱਧ ਹਵਾ ਪਿੰਡਾਂ 'ਚ ਹੈ ਉਹ ਸ਼ਹਿਰਾਂ 'ਚ ਨਹੀਂ। ਸੋ ਤੁਹਾਡੇ ਲਈ ਖਾਸ ਤੌਰ 'ਤੇ, ਹਾਂਜੀ ਫਿਰਦੀ ਆ ਰਿਸ਼ਤਾ ਕਰਾਉਣ ਨੂੰ, ਮੁੰਡਾ ਸਿਡਨੀ ਚੋਂ ਤੇ ਲੜ ਲਾਉਣ।
ਖਾਲੀ ਹੋ ਰਿਹਾ ਹੈ ਔਰ ਹਰ ਬੱਚੇ ਦੀ ਇਹੀ ਤਮੰਨਾ ਕਿ ਮੇਰਾ ਜਿਹੜਾ ਵਿਆਹ ਹੈ ਕਿਸੇ ਵੀ ਤਰੀਕੇ ਬਾਹਰਲੇ ਮੁਲਕ 'ਚ ਹੋ ਜਾਵੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੌਖਾ ਕੰਮ ਨਹੀਂ ਹੈ ਸੈਟਲ ਹੋਣਾ, ਸੋ ਜੋ ਆਪਾਂ ਆਪਣੇ ਪੰਜਾਬ ਨੂੰ ਵੀ ਸਾਂਭਣਾ। ਮੈਂ ਤਾਂ ਅਕਸਰ ਇਹ ਕਹਿੰਦੀ ਹਾਂ ਵੀ ਪੰਜਾਬੀਓ ਜੀਣਾ ਹੈ ਕਿ ਮਰਨਾ, ਕਿਉਂਕਿ ਬੜੇ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਹੈ। ਕਈ ਸਾਡੇ ਬੱਚੇ ਇੱਧਰ ਚਲੇ ਜਾਂਦੇ ਆ, ਆਹ ਜਿਹੜੇ ਮੁਲਕ ਨੇ ਜਰਮਨ, ਹੋਲੈਂਡ, ਇਟਲੀ, ਉੱਥੇ ਮੈਂ ਅੱਖੀ ਦੇਖਿਆ ਕਿ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਹੁੰਦੀ ਆ ਜਿਹੜੀ ਉਹਨਾਂ ਦੀ ਹੈ, ਅਤੇ ਔਰ ਬਹੁਤ ਜ਼ਿਆਦਾ ਮਜਬੂਰ ਹੋ ਜਾਂਦੇ ਆ। ਜਿਹਨੇ ਇੱਥੇ ਕੰਮ ਨਹੀਂ ਕੀਤਾ ਹੁੰਦਾ ਉੱਥੇ ਕੰਮ ਨਹੀਂ ਹੁੰਦਾ। ਜੇ ਸਾਡਾ ਬੱਚਾ ਇੱਥੇ ਹੀ ਮਿਹਨਤ ਕਰੇ ਔਰ ਪਿੰਡਾਂ ਦੇ ਪਿੰਡ, ਆ ਹੁਣ ਮੈਨੂੰ ਥੋੜ੍ਹੀ ਬਹੁਤੀ ਜੋ ਨੌਲੇਜ ਹੋਈ ਆ ਵੀ ਕਰੋੜਾਂ ਰੁਪਇਆ ਅਸੀਂ ਪਿੰਡ 'ਚ ਵੀ ਲਾ ਸਕਦੇ ਹਾਂ ਤਾਂ ਸਾਡੇ ਪਿੰਡ ਬਹੁਤ ਸੋਹਣੇ ਬਣ ਜਾਣਗੇ। ਗੱਲ ਸਿਰਫ ਧਿਆਨ ਦੇਣ ਦੀ ਹੈ, ਇਕੱਲਾ ਬਾਹਰ ਜਾ ਕੇ ਨਹੀਂ ਕਿ ਅਸੀਂ ਬਾਹਰ ਹੀ ਤਰੱਕੀ ਕਰ ਸਕਦੇ ਹਾਂ। ਇਸ ਕਰਕੇ ਮੇਰੀ ਬੇਨਤੀ ਹੈ ਸਾਡੇ ਯੂਥ ਨੂੰ ਕਿ ਜ਼ਰੂਰ ਆਪਣੇ ਪੰਜਾਬ 'ਚ ਰਹਿ ਕੇ ਹੀ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਹੋ ਚਿੱਤ ਕਰੇ ਤੇਰੇ, ਚਿੱਤ ਕਰੇ ਤੇਰੇ ਬੁੱਲ ਚਿੱਤ ਬੈਣ ਨੂੰ, ਗੱਲਾਂ ਦਿਲ ਦੀਆਂ ਚੰਨਾ ਤੈਨੂੰ ਖੇਡ ਨੂੰ।
ਸਾਥੋਂ ਨੀ ਤੇਰਾ ਪਿਆਰ ਨਿਭਣਾ ਵੇ ਕੇ ਪਵਾਈਆਂ ਕੰਨੀ ਮੁੰਦਰਾ ਲੋਕੀ ਕਰਦੇ ਨੇ ਗੱਲਾਂ ਕਰ ਉਂਗਲਾ ਜੋਗੀ ਹੋ ਗਿਆ ਹੋਏ ਜੋਗੀ ਹੋ ਗਿਆ ਜੱਟਾਂ ਦਾ ਪੁੱਤ ਚੱਲਾ
ਜ਼ੋਰਦਾਰ ਤਾੜੀਆਂ ਇੱਕ ਵਾਰੀ ਖੁੱਲ ਕੇ ਮਾਰ ਦਿਓ ਸਾਰੇ ਜੀ, ਜ਼ੋਰਦਾਰ ਤਾੜੀਆਂ। ਓਕੇ ਓਕੇ ਓਕੇ, ਕਿਉਂਕਿ ਤੁਹਾਡਾ ਪਿਆਰ ਆ, ਤੁਹਾਡੀ ਮੁਹੱਬਤ ਹੈ ਕਿ ਬੀਬਾ ਸਤਵਿੰਦਰ ਬਿੱਟੀ ਜੀ ਜਿਹੜੇ ਕਿ ਕੰਟੀਨਿਊ ਲਗਾਤਾਰ 25-30 ਸਾਲ ਤੋਂ ਲਗਾਤਾਰ ਗਾਉਂਦੇ ਆ ਰਹੇ ਨੇ। ਤੁਹਾਡਾ ਪਿਆਰ ਹੈ, ਤੁਹਾਡੀ ਮੁਹੱਬਤ ਆ, ਔਰ ਮੇਰੇ ਖਿਆਲ ਦੇ ਨਾਲ ਵੀ ਇੰਨਾ ਸਮਾਂ ਗਾਉਣਾ, ਹਜੇ ਹੋਰ ਵੀ ਮੇਲਾ ਦੇ 25-30 ਸਾਲ ਗਾਉਣਗੇ ਅਗਰ ਤੁਹਾਡਾ ਪਿਆਰ ਇੱਥੇ ਹੀ ਮਿਲਦਾ ਰਿਹਾ। ਖੁੱਲ੍ਹ ਕੇ ਤਾੜੀਆਂ ਮਾਰ ਦਿਓ ਇੱਕ ਵਾਰੀ ਸਾਰੇ, ਜਿੰਨੇ ਵੀ ਕਲਾਕਾਰ ਗਾ ਕੇ ਗਏ ਨੇ, ਜਿੰਨੇ ਕਲਾਕਾਰ ਨੇ ਗਾਉਣਾ, ਸੋ ਸਾਰਿਆਂ ਨੂੰ ਸਾਡੇ ਵੱਲੋਂ ਔਰ ਪੂਰੀ ਪ੍ਰਬੰਧਕ ਕਮੇਟੀ ਨੂੰ, ਇਸ ਮੇਲੇ ਦੀਆਂ ਪਿੰਡ ਆਲੋਵਾਲ, ਸਮੋਸਾ ਸੰਗਤ, ਨਗਰ ਪੰਚਾਇਤ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਪਿੰਡ ਦੇ ਸਰਪੰਚ ਸਾਹਿਬ ਕਿੱਥੇ ਨੇ? ਸਰਪੰਚ ਸਾਹਿਬ ਕਿੱਥੇ ਬੈਠੇ ਆ ਜੀ? ਆਇਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਹੱਸਣਾ ਖੇਡਣਾ ਮਾਨਕਾ ਚਾਉ ਲਿਖਿਆ ਵਿੱਚ ਗੁਰਬਾਣੀ, ਜਿਹੜੇ ਲੋਕ ਹੱਸਦੇ ਆ ਉਹਨਾਂ ਦੇ ਘਰ ਵੱਸਦੇ ਆ, ਕਿਉਂਕਿ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਬਾਪੂ ਜੀ ਤੁਸੀਂ ਸਰਪੰਚ ਬਣੇ ਹੋ, ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਪਰ ਮੇਰੇ ਨਾਲ ਬਹੁਤ ਮਾੜੀ ਹੋਈ ਹੈ। ਮੈਂ 3 ਵਾਰੀ ਵੋਟਾਂ 'ਚ ਖੜ੍ਹੇ ਹਾਂ, 3 ਵਾਰੀ ਮੈਨੂੰ ਹਾਰ ਨਸੀਬ ਹੋਇਆ ਭਾਅ ਜੀ। ਮੈਂ 1 ਵਾਰੀ ਵੋਟਾਂ 'ਚ ਖੜ੍ਹੇ ਹਾਂ, ਚੋਣ ਸਰ ਮਿਲਿਆ ਮੈਨੂੰ ਫੱਟੀ, ਬਸ ਹੁਣ ਆ ਕਿਸੀ ਬਾਪੂ ਜੀ, ਸ਼ਾਮ ਨੂੰ ਸਹੀ 5 ਵਜੇ ਲੋਕਾਂ ਨੇ ਪੁੱਛਦੀ, ਅਗਲੇ ਵਾਰੀ ਫਿਰ ਖੜਾ ਹੋ ਗਿਆ ਭਾਅ ਜੀ। ਚੋਣ ਸਰ ਮਿਲਿਆ ਭਾਅ ਜੀ ਮੈਨੂੰ ਮੂਲੀ, ਮੈਂ ਮੂਲੀ ਫੜ ਕੇ ਪਿੰਡ ਵਿੱਚ ਹੋਕਾ ਦੇਣਾ ਆਲੋਵਾਲ ਦੇ ਵਿੱਚ। ਮੈਂ ਕਿਹਾ ਮੇਰੀ ਮੂਲੀ ਨੂੰ ਵੋਟਾਂ ਪਾਇਓ, ਮੇਰੀ ਮੂਲੀ ਨੂੰ ਵੋਟਾਂ ਪਾਇਓ। ਇੱਕ ਬੇਬੇ ਮੈਨੂੰ ਕਹਿਣ ਲੱਗੀ, ਕਹਿੰਦੀ ਮਰ ਜਾਣਿਆ ਮੂਲੀ ਫੜ ਕੇ ਵੋਟਾਂ ਨਹੀਂ ਮੰਗੀ ਦੀਆਂ। ਮੈਂ ਕਿਹਾ ਫਿਰ ਮਾਤਾ ਜੀ? ਕਹਿੰਦੇ ਲੂਣ ਮੰਗੀ ਦਾ ਲੂਣ। ਭਾਅ ਜੀ ਲਾਸਟ ਚਾਂਸ, ਅਗਲੀ ਵਾਰੀ ਫਿਰ ਖੜਾ ਹੋ ਗਿਆ, 3 ਵਾਰੀ ਚੋਣ ਸਰ ਮਿਲਿਆ ਮੈਨੂੰ ਅੰਬ, ਮੈਂ ਵੋਟਾਂ ਮੰਗਣ ਗਿਆ ਹੀ ਨਹੀਂ। ਮੇਰੇ ਕੋਲ 3-4 ਪਿੰਡ ਦੇ ਮੁੰਡੇ ਆ ਗਏ ਆਲੋਵਾਲ ਦੇ, ਬਾਈ ਮੋਨੋ, ਇਹ ਮੇਰੇ ਕੋਲ ਆ ਗਏ, ਕਹਿੰਦੇ ਬਾਈ ਜੀ ਕੀ ਗੱਲ, ਇਸ ਵਾਰੀ ਵੋਟਾਂ ਮੰਗਣੀ ਆਏ? ਮੈਂ ਕਿਹਾ ਯਾਰ ਮੈਨੂੰ ਪਤਾ ਸੀ ਮੈਂ ਹਾਰ ਜਾਣਾ। ਉਹ ਕਹਿੰਦੇ ਸੋਹੀ ਸਾਹਿਬ ਜੇ ਤੁਹਾਨੂੰ ਪਤਾ ਸੀ ਤੁਸੀਂ ਹਾਰ ਜਾਣਾ, ਖੜੇ ਅੰਬ ਲੈਣ ਹੋਇਆ ਸੀ, ਸੋ ਤਾੜੀ ਇੱਕ ਵਾਰੀ ਖੁੱਲ੍ਹ ਕੇ ਮਾਰ ਦਿਓ ਸਾਰੇ। ਸੋ ਸਮਾਂ ਬਹੁਤ ਘੱਟ ਆ, ਬਹੁਤ ਸਾਰੇ ਮਹਿਮਾਨ ਪਹੁੰਚੇ ਨੇ, ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਇੱਥੇ ਬਿਰਾਜਮਾਨ ਨੇ, ਔਰ ਬਹੁਤ ਸਾਰੇ ਕਲਾਕਾਰ ਇੱਥੇ ਪਹੁੰਚੇ ਹੋਏ ਨੇ ਸਾਰਿਆਂ ਨੂੰ। ਸੋ 10 ਮਿੰਟ ਦੀ ਹਾਜ਼ਰੀ ਹੋਰ ਆ ਭਾਅ ਜੀ, ਅਗਰ ਤੁਹਾਡਾ ਹੁਕਮ ਪੋਗਲ ਸਾਹਿਬ, ਕਿਉਂਕਿ ਫਰਮਾਇਸ਼ ਬਹੁਤ ਵੱਡੀ ਆ, 10 ਭਾਬੀ ਨੇ ਮੁੰਡਾ ਕਹਿ ਰਿਹਾ ਪਿੰਡ ਦਾ। ਇੱਕ ਵਾਰੀ ਖੁੱਲ੍ਹ ਕੇ ਤਾੜੀਆਂ ਮਾਰਦਾ ਸੀ ਗੀਤ ਲਈ, ਲਾ ਦੀਏ ਗੀਤ ਭਾਅ ਜੀ, ਰੈਡੀਓ? ਹਾਂਜੀ ਆ ਜਾਓ। ਬਹੁਤ ਹੀ ਸਤਿਕਾਰਯੋਗ ਸਾਡੇ ਧਰਮਪਾਲ ਜੀ ਚੌਹਾਨ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੋਲਨ ਡਿਸਟ੍ਰਿਕਟ ਬੱਦੀ, ਧੰਨਵਾਦ ਉਹਨਾਂ ਦੇ ਨਾਲ। ਚੌਧਰੀ ਗੁਰਦਿਆਲ ਸਿੰਘ ਜੀ ਕੋਂਡੀ, ਸਾਡੇ ਚੰਦ ਰਾਮ ਜੀ ਕੋਂਡੀ ਸਾਹਿਬ, ਚੌਧਰੀ ਪ੍ਰੇਮ ਚੰਦ ਜੀ ਠੇਕੇਦਾਰ, ਰਿੰਕੂ ਕਾਲੀਆ ਜੀ ਸਮੂਹ ਕਾਲੀਆ ਪਰਿਵਾਰ, ਲੰਗਰ ਦੀ ਸੇਵਾ ਸਾਡੇ ਸਰਬਜੀਤ ਚੌਹਾਨ ਜੀ, ਬੰਤ ਸਿੰਘ ਜੀ, ਮਨਿੰਦਰ ਚੌਧਰੀ ਜੀ, ਧੰਨਵਾਦ। ਉੱਥੇ ਹੀ ਰਣਦੀਪ ਵਸ਼ਿਸ਼ਟ ਜੀ ਸਾਡੇ ਅਮਰੋਜ਼ਾਲਾ ਅਤੇ ਹੈੱਡ ਹਰਿਆਣਾ ਤੋਂ ਸਾਡੇ ਦਰਮਿਆਨ ਪੁੱਜੇ ਹੈ। ਇਸ ਤੋਂ ਬਾਅਦ ਉਹ ਦੁਗਾਣਾ ਜੋੜੀ ਜਿਹੜਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਚੱਲ ਰਿਹਾ ਹੈ, ਦੁਗਾਣਾ ਜੋੜੀ ਹਰਮਿੰਦਰ ਨੂਰਪਰੀ ਅਤੇ ਸੁਖ ਘੁੰਮਣ, ਅਤੇ ਆਓ ਆਪਾਂ ਸਿਰਫ 5 ਮਿੰਟ ਦੀ ਹਾਜ਼ਰੀ ਹੋਰ ਬੀਬੀ ਸਤਵਿੰਦਰ ਬਿੱਟਾ ਜੀ, ਬਿੱਟੀ ਜੀ, ਸੋਰੀ। ਬਹੁਤ ਬਹੁਤ ਧੰਨਵਾਦ ਜੀ। ਲੋਕ ਕੁਝ ਬੋਲੀਆਂ ਪਾ ਕੇ ਮੈਂ ਇਜਾਜ਼ਤ ਲਊਂਗੀ, ਔਰ ਅਗਲੇ ਆਰਟਿਸਟ ਤੁਹਾਡੀ ਰੂਬਰੂ ਹੋਣਗੇ, ਆਪਦੀ ਫਰਮਾਇਸ਼ ਤੇ ਕੁਝ ਲੋਕ ਬੋਲੀਆਂ ਔਰ ਇਜਾਜ਼ਤ।
ਤਾੜੀ ਇਸ਼ਕ ਫਸਨੋ ਦੁੱਖ ਹਜ਼ਾਰਾਂ ਇਸ਼ਕ ਫਸਨੋ ਦੁੱਖ ਹਜ਼ਾਰ ਤੂੰ ਨਾ ਮੁਖੜਾ ਮੋੜੀ ਕਰਦੇ ਨਹੀਂ ਮਰਦੇ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ।